ਸਿੰਘ ਸਾਹਿਬ ਕਪੂਰਥਲਾ ਦੇ ਵਿੱਚ ਲੰਘੇ ਦਿਨਾਂ ਦੇ ਵਿੱਚ ਇੱਕ ਉਦਘਾਟਨ ਕੀਤਾ ਗਿਆ ਨਸ਼ਾ ਛਡਾਊ ਕੇਂਦਰ ਦਾ ਤੇ ਖਾਸ ਕਰਕੇ ਉਹ ਔਰਤਾਂ ਦੇ ਲਈ ਤੇ ਹੁਣ ਉਹ ਜਿਹੜੀਆਂ ਔਰਤਾਂ ਉੱਥੇ ਨਸ਼ਾ ਛੱਡਣ ਆਈਆਂ ਸੀਗੀਆਂ ਉਹਨਾਂ ਨੇ DSP ਤੇ SHO ਦੇ ਉੱਤੇ ਦੋਸ਼ ਜਿਹੜੇ ਨੇ ਉਹ ਲਗਾ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਨਸ਼ਾ ਤਾਂ ਸਾਨੂੰ ਇਹ ਹੀ ਦਿੰਦੇ ਸੀਗੇ ਤੇ ਨਸ਼ਾ ਦੇ ਕੇ ਰੇਪ ਜਿਹੜਾ ਸੀਗਾ ਉਹ ਕੀਤਾ ਜਾਂਦਾ ਸੀਗਾ ਸੋ ਬ੍ਰਹਮ ਮਹਿੰਦਰਾ ਨੇ ਇਹ ਗੱਲ ਕਹੀ ਕਿ ਉਦਘਾਟਨ ਦੌਰਾਨ ਇਹੋ ਜਿਹਾ ਮਸਲਾ ਸਾਹਮਣੇ ਨਹੀਂ ਆਇਆ ਕੋਈ ਸਿਆਸੀ ਚਾਲ ਹੋ ਸਕਦੀ ਹੈ ਤੇ ਉੱਧਰ DSP ਜਿਹੜੇ ਨੇ ਉੱਥੋਂ ਦੇ ਫਿਰੋਜ਼ਪੁਰ ਦੇ ਤੈਨਾਤ DSP ਨੇ ਦਲਜੀਤ ਸਿੰਘ ਢਿੱਲੋਂ ਉਹਨਾਂ ਨੇ ਕਿਹਾ ਕਿ ਸਰਾਸਰ ਜਿਹੜਾ ਉਹ ਗਲਤ ਹੈ ਪੁਲਿਸ ਅਜਿਹਾ ਨਹੀਂ ਕਰਦੀ ਜੇ ਪੁਲਿਸ ਅਜਿਹਾ ਕਰਦੀ ਨਹੀਂ ਤੇ ਮਾੜੇ ਮੋਟੇ ਬੰਦੇ ਤੋਂ ਤਾਂ ਸ਼ਰਾਬ ਦੀ ਬੋਤਲ ਵੀ ਫੜ ਕੇ ਉੱਤੇ ਕੇਸ ਪਾਉਣ ਨੂੰ ਫਿਰਦੇ ਨੇ ਤੇ ਇੰਨਾ ਵੱਡਾ ਮਸਲਾ ਜਿਹੜਾ ਉਹ ਕਿਵੇਂ ਚਲਾਇਆ ਜਾ ਰਿਹਾ ਦੇਖੋ ਇਹਦਾ ਬੜਾ ਸਿੱਧਾ ਸਿੱਧਾ ਹੈ ਕਿ ਜਿਹੜੇ ਲੋਕਾਂ ਦਾ ਸੱਤਾ ਦੇ ਉੱਤੇ ਕਬਜ਼ਾ ਹੈ ਸੱਤਾ ਤੇ ਜੁਰਮ ਨੇ ਆਪਸ ਵਿੱਚ ਹੱਥ ਮਿਲਾ ਲਿਆ ਕਦੀ ਸਮਾਂ ਹੁੰਦਾ ਸੀ ਕਿ ਜਿਹੜਾ ਜੁਰਮ ਕਰਨ ਵਾਲਾ ਹੈ ਜਿਹੜਾ ਕ੍ਰਿਮੀਨਲ ਹੈ ਉਹ ਸਿਆਸਤਦਾਨ ਦੀ ਸ਼ਰਣ ਵਿੱਚ ਜਾਂਦਾ ਸੀ ਤੇ ਅਸੀਂ ਤਮਾਮ ਹਿੰਦੀ ਫਿਲਮਾਂ ਦੀ ਬਾਲੀਵੁੱਡ ਦੀ ਉਸ ਪੇਸ਼ਕਾਰੀ ਤੋਂ ਦੇਖਦੇ ਹਾਂ ਕਿ ਕਿਵੇਂ ਜੁਰਮ ਕਰਨ ਵਾਲਾ ਸਿਆਸਤਦਾਨ ਦੇ ਆਸ਼ੀਰਵਾਦ ਮੰਗਦਾ ਹੈ। ਆਹਿਸਤਾ ਆਹਿਸਤਾ ਮੈਨੂੰ ਲੱਗਦਾ ਜੁਰਮ ਕਰਨ ਵਾਲੇ ਸਿਆਣੇ ਹੋ ਗਏ, ਉਹਨਾਂ ਨੇ ਕਿਹਾ ਜੇ ਸਾਡੇ ਸਿਰ ਤੇ ਹੀ ਸਿਆਸਤ ਚੱਲਣੀ ਹੈ ਤੇ ਅਸੀਂ ਫਿਰ ਸਿਆਸਤ ਦੇ ਵਿੱਚ ਆਪ ਹੀ ਸਿੱਧੇ ਕਿਉਂ ਨਾ ਆ ਜਾਈਏ, ਤੇ ਜੇ ਰੇਤ ਦੇ ਠੇਕੇਦਾਰ ਚੀਨੀ ਮਿੱਲਾਂ ਦੇ ਮਾਲਕ ਤੇ ਵੱਡਾ ਬਿਜ਼ਨਸ ਸਿੱਧਾ ਸਿੱਧਾ ਸਿਆਸਤ ਵਿੱਚ ਆਵੇਗਾ ਤੇ ਉਹੀ ਸਾਡੇ MP ਬਣ ਜਾਣਗੇ ਤੇ ਉਹੀ ਸਾਡੇ MLA ਬਣ ਜਾਣਗੇ, ਤਾਂ ਫਿਰ ਜੁਰਮ ਤੇ ਸਿਆਸਤ ਦੀ ਆਪਸੀ ਸੁਮੇਲ ਦੇ ਵਿੱਚੋਂ ਤਾਂ ਪੰਜਾਬ ਦੀ ਤ੍ਰਾਸਦੀ ਹੀ ਨਿਕਲੇਗੀ। ਸੋ ਨਸ਼ਿਆਂ ਦਾ ਕਾਰੋਬਾਰ ਦੇ ਕਈ ਕਾਰਨ ਨੇ, ਪਾਕਿਸਤਾਨ ਤੋਂ ਲੈ ਕੇ ਤੇ ਇਲਾਕੇ ਦੇ ਥਾਣੇਦਾਰ ਤੱਕ ਇਹਦਾ ਭਾਂਡਾ ਭੰਨਿਆ ਜਾ ਸਕਦਾ ਹੈ, ਪਰ ਅੰਤ ਨਸ਼ਿਆਂ ਦਾ ਕਾਰੋਬਾਰ ਸਾਡੇ ਆਪਣੇ ਸਮਿਆਂ ਦੀ ਜਵਾਨੀ ਨੂੰ ਫੇਲ ਕਰਨ ਦਾ ਸੂਚਕ ਵੀ ਹੈ ਤੇ ਸਬੂਤ ਵੀ ਹੈ। ਇਹ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਮੇਰੀ ਰਾਜਨੀਤੀ ਸਮੇਂ ਤੇ ਹਾਣ ਦੀ ਨਹੀਂ ਹੋਈ, ਇਸ ਗੱਲ ਨੂੰ ਸਾਬਤ ਕਰਦਾ ਕਿ ਮੇਰਾ ਬੁੱਧੀਜੀਵੀ ਸਮੇਂ ਤੇ ਹਾਣ ਦਾ ਨਹੀਂ ਹੋਇਆ, ਤੇ ਉਹ ਇਹ ਵੀ ਸਾਬਤ ਕਰਦਾ ਕਿ ਜਿਹੜੀ ਮੇਰੇ ਪਿਓ ਵਾਲੀ ਤੇ ਸਾਡੀ ਜਨਰੇਸ਼ਨ ਸੀ ਇਹਨੇ ਆਪਣੀਆਂ ਅਗਲੀਆਂ ਜਨਰੇਸ਼ਨ ਦੇ ਭਵਿੱਖ ਨੂੰ ਸਵਾਰਨ ਦੇ ਵਿੱਚ ਇਹ ਫੇਲ ਹੋਈ ਹੈ। ਇਹ ਲੜਾਈ ਉਸ ਕਿਸਮ ਦੇ ਨਾਲ ਵਿੱਢੀ ਨਹੀਂ ਗਈ, ਜ਼ਰੂਰ ਅਸੀਂ ਸਾਥੀ ਲੜੇ ਹੋਵਾਂਗੇ ਪਰ ਸਾਡੀ ਲੜਨ ਦੀ ਸ਼ਕਤੀ ਦੇ ਵਿੱਚ ਕਿਧਰੇ ਨਾ ਕਿਧਰੇ ਸਾਡੀ ਸਮਝ ਦੇ ਵਿੱਚ ਕੋਈ ਘਾਟ ਰਹਿ ਗਈ ਹੈ ਕਿ ਅੱਜ ਕੋਈ SHO, ਕੋਈ ਪੁਲਿਸ ਵਾਲਾ, ਕੋਈ ਜੇਲ੍ਹ ਦਾ ਵਾਰਡਨ, ਕੋਈ ਨਸ਼ਿਆਂ ਦਾ ਵਪਾਰ ਕਰਨ ਵਾਲਾ, ਕੋਈ ਚਿੱਟੇ ਦਾ ਵਪਾਰੀ, ਕੋਈ ਬਾਰਡਰ ਦੇ ਉਸ ਪਾਰੋਂ ਚਿੱਟਾ ਲਿਆਉਣ ਵਾਲਾ ਤੇ ਕੋਈ ਅੰਦਰੋਂ ਘਰ ਬੈਠੀ ਭੁੱਕੀ ਅਫੀਮ ਵੇਚਣ ਵਾਲਾ, ਇਹਨਾਂ ਦਾ ਰਾਜ ਹੋ ਗਿਆ ਤੇ ਇਹ ਡਿਸਾਈਡ ਕਰਨਗੇ ਹੁਣ ਕਿ ਮੇਰਾ ਬੱਚਾ ਨਸ਼ਿਆਂ ਵਿੱਚ ਗਲਤਾਨ ਹੋਵੇਗਾ ਤੇ ਪੜ੍ਹਾਈ ਲਿਖਾਈ ਦੇ ਨਾਲ ਆਪਣਾ ਉਹ ਵਾਸਤਾ ਰੱਖ ਕੇ ਇਹ ਮੇਰੇ ਪੰਜਾਬ ਲਈ ਤੇ ਦੇਸ਼ ਲਈ ਤੇ ਇਸ ਲੋਕਾਈ ਲਈ ਕੁਝ ਚੰਗੇਰਾ ਕਰੇਗਾ। ਜੇ ਬੰਦਾ ਸਭ ਕੁਝ ਆਪਣੇ ਬੱਚਿਆਂ ਲਈ ਕਰਦਾ ਹੈ ਤੇ ਸਾਨੂੰ ਸੱਚਮੁੱਚ ਆਪਣੇ ਬੱਚਿਆਂ ਨਾਲ ਪਿਆਰ ਹੈ, ਉਹਨਾਂ ਦੇ ਹੋਣ ਵਾਲੇ ਭਵਿੱਖ ਤੇ ਹੋਣ ਵਾਲੇ ਬੱਚਿਆਂ ਨਾਲ ਪਿਆਰ ਹੈ, ਤਾਂ ਫਿਰ ਇਸ ਲੜਾਈ ਦੇ ਵਿੱਚੋਂ ਮਾਈਨਸ ਰਹਿ ਜਾਣਾ ਆਪਣੇ ਹੀ ਬੱਚਿਆਂ ਤੇ ਕਤਲ ਕਰਨ ਦੇ ਤੁਲ ਹੋਵੇਗਾ। ਇਹ ਠੀਕ ਹੈ ਕਿ ਥਾਣਿਆਂ ਦੇ ਵਿੱਚ ਦਰਜ FIR ਦੇ ਵਿੱਚ ਸਾਡਾ ਨਾਮ ਕਾਤਲਾਂ ਦੇ ਵਿੱਚ ਨਹੀਂ ਹੋਵੇਗਾ, ਪਰ ਅਸੀਂ ਆਪਣੇ ਆਪ ਤੋਂ ਇਹ ਗੱਲ ਛੁਪਾਉਣ ਦੀ ਕੋਸ਼ਿਸ਼ ਨਾ ਕਰੀਏ ਕਿ ਇਹ ਜਿਹੜਾ ਭਵਿੱਖ ਕਤਲ ਹੋ ਰਿਹਾ, ਜਿਹੜੇ ਕੈਰੀਅਰ ਕਤਲ ਹੋ ਰਹੇ ਨੇ, ਜਿਨ੍ਹਾਂ ਦੀ ਜਵਾਨੀ ਕਤਲ ਹੋ ਰਹੀ ਹੈ, ਉਹਦੇ ਵਿੱਚ ਮੁਲਵਸ ਤੇ ਕਿਧਰੇ ਨਾ ਕਿਧਰੇ ਅਸੀਂ ਵੀ ਹਾਂ। ਅਸੀਂ ਜਿਹੜੇ ਸਾਰੇ ਘਰ ਬੈਠੇ ਹਾਂ, ਜਿਹੜੇ ਆਪਣੀਆਂ ਜ਼ਿੰਦਗੀਆਂ ਚੰਗੇ ਤਰ੍ਹਾਂ ਨਾਲ ਜੀ ਰਹੇ ਹਾਂ, ਤੇ ਜਿਨ੍ਹਾਂ ਨੂੰ ਇੰਜ ਜਾਪਦਾ ਹੈ ਕਿ ਸਮਾਜ ਦੇ ਵਿੱਚ ਨਸ਼ਾ ਤੇ ਦੂਰ ਕਿਸੇ ਹੋਰ ਨਾਲ ਹੁੰਦੀ ਪ੍ਰੋਬਲਮ ਹੈ ਤੇ ਮੇਰੇ ਨਾਲ ਹੁੰਦੀ ਪ੍ਰੋਬਲਮ ਨਹੀਂ ਹੈ।